ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਹੈ ਤੁਹਾਡਾ ਸਾਰਿਆਂ ਦਾ। ਕਿਵੇਂ ਹੋ ਤੁਸੀਂ ਸਾਰੇ ਜਾਣੇ? ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਹੈ ਨਾ ਠੀਕ ਠਾਕ ਹੋਵੋਗੇ, ਔਰ ਠੀਕ ਹੀ ਹੋਣੇ ਚਾਹੀਦੇ ਹੋ ਤੁਸੀਂ, ਹੈ ਨਾ। ਅਤੇ ਥੋੜ੍ਹੀ ਬਹੁਤੀ ਜਿਵੇਂ ਦਿੱਕਤ ਆ ਹੀ ਜਾਂਦੀ ਹੈ ਨਾ ਕਿਸੇ ਟਾਈਮ, ਪਰ ਇਗਨੋਰ ਕਰ ਦਿਉ ਜ਼ਿਆਦਾ ਠੀਕ ਹੈ, ਹੈ ਨਾ। ਪਰ ਕਿੰਨਾ ਕੁ ਬੰਦਾ ਸਟਰੋਂਗ ਬਣਾਵੇ ਆਪਣੇ ਆਪ ਨੂੰ, ਹੈ ਨਾ। ਜੇ ਆਪਾਂ ਸਟਰੋਂਗ ਬਣਾ ਲੈਂਦੇ ਹਾਂ ਫਿਰ ਉਹੀ, ਹੈ ਨਾ, ਆਪਾਂ ਤਾਕਤ ਸਾਰੀ ਕੰਮ 'ਤੇ ਲਗਾ ਦਿੰਦੇ ਹਾਂ। ਤੁਸੀਂ ਦੇਖ ਸਕਦੇ ਹੋ ਕਿੰਨੇ ਸਾਰੇ ਕੱਪੜੇ ਧੋਤੇ ਆ। ਮਨ ਨਹੀਂ ਵੀ ਸੀ, ਹੈ ਨਾ, ਫਿਰ ਵੀ ਆਪਣੇ ਆਪ ਨੂੰ ਸਟਰੋਂਗ ਬਣਾਇਆ, ਕੱਪੜੇ ਧੋਤੇ, ਫਿਰ ਉਸ ਤੋਂ ਬਾਅਦ ਫਿਰ ਗਿਰ ਗਈ ਮੈਂ। ਗਿਰਨ ਦਾ ਮਤਲਬ ਫਿਰ ਮੰਜੇ 'ਤੇ ਪੈ ਗਈ, ਹੈ ਨਾ। ਥੋੜ੍ਹੀ ਦੇਰ ਫਿਰ ਰੈਸਟ ਕੀਤਾ, ਫਿਰ ਨਾਸ਼ਤਾ ਪਾਣੀ ਬਣਾਇਆ। ਇਹਨਾਂ ਨੇ ਜਾਣਾ ਸੀ ਅੱਜ, ਫਿਰ ਇਹਨਾਂ ਨੂੰ ਤੋਰਿਆ। ਮੈਂ ਕਿਹਾ ਚਲੋ ਤੁਸੀਂ ਜਾਇਓ, ਹੈ ਨਾ, ਅਤੇ ਨਾਸ਼ਤਾ ਪਾਣੀ ਜਿਹੜਾ ਮੈਂ ਆਪਦਾ ਵਾਸਤੇ ਕਰਨਾ ਹੈਗਾ, ਮੈਂ ਆਪੇ ਬਾਅਦ 'ਚੋਂ ਕਰ ਲੂੰਗੀ। ਬਸ ਇਹਨਾਂ ਨੂੰ ਅੱਜ ਮੈਂ ਦਹੀਂ ਦੇ ਨਾਲ ਦਿੱਤੀ, ਘਰ ਜਮਾਈ ਸੀ ਦਹੀਂ, ਅਤੇ ਹੁਣ 2-3 ਦਿਨ ਹੋ ਗਏ ਮੈਂ ਇਸ ਤਰ੍ਹਾਂ ਹੀ। ਦੁੱਧ ਪਿਆ ਹੁੰਦਾ, ਹੈ ਨਾ, ਕਈ ਵਾਰ ਨਹੀਂ ਪੀਤਾ ਜਾਂਦਾ, ਫਿਰ ਮੈਂ ਇਸ ਤਰ੍ਹਾਂ ਦਹੀਂ ਜਮਾ ਲੈਂਦੀ ਹੁੰਦੀ ਹਾਂ। ਅਤੇ ਹੈਲੋ, ਗੁੱਡ ਆਫਟਰਨੂਨ, ਕਿਵੇਂ ਹੋ ਤੁਸੀਂ ਸਾਰੇ ਜਾਣੇ? ਅੱਜ ਤਾਂ ਮੈਂ ਨਾ ਅਨਸਰਦੇ ਨੂੰ ਕੰਮ ਕੀਤਾ ਸਾਰਾ, ਤੁਹਾਨੂੰ ਮੈਂ ਸੱਚ ਦੱਸਾਂ, ਬਹੁਤ ਮੁਸ਼ਕਿਲ ਨਾਲ ਕੰਮ ਨਿਬੇੜਿਆ। ਲੰਚ ਟਾਈਮ ਤੱਕ ਬੜੀ ਮੁਸ਼ਕਿਲ ਨਾਲ ਪਹੁੰਚੀ ਹਾਂ ਮੈਂ। ਪਹਿਲਾਂ ਤਾਂ ਸਵੇਰੇ ਕੱਪੜੇ ਭਾਈ ਇੰਨੇ ਧੋਤੇ, ਹੈ ਨਾ, ਅਤੇ ਗਰਮੀ ਹੈਗੀ, ਕੱਪੜੇ ਤਾਂ ਬਾਹਲੇ ਹੀ ਹੋ ਜਾਂਦੇ ਹੈਗੇ ਹੈ, ਅਤੇ ਫਿਰ ਅੰਦਰਲਾ ਕੰਮ, ਹੈ ਨਾ, ਅਤੇ ਬਹੁਤ ਹੋ ਜਾਂਦਾ ਘਰ ਦਾ। ਆਪਾਂ ਸੋਚੀਏ ਨਾ ਆਹ ਕੰਮ ਛੱਡ ਦਿਉ, ਉਹੀ ਕੰਮ ਸਾਨੂੰ ਫਿਰ ਅੰਦਰੋਂ, ਹੈ ਨਾ, ਖਾਣ ਲੱਗ ਜਾਂਦਾ, ਹਾਏ ਆਹ ਨਹੀਂ ਕੀਤਾ, ਉਹ ਨਹੀਂ ਕੀਤਾ। ਜਿਹੜਾ ਰੂਟੀਨ ਦਾ ਕੰਮ ਹੈ ਬਸ ਉਹ ਮੈਂ ਕਰ ਲਿਆ, ਹੈ ਨਾ, ਅਤੇ ਹੁਣ ਬਸ ਦਾਲ ਸਬਜ਼ੀ ਕੁਛ ਵੀ ਨਹੀਂ ਬਣਾਈ ਹੈਗੀ ਮੈਂ। ਜੋ ਵੀ ਕੱਲ੍ਹ ਦੇ, ਹੈ ਨਾ, ਦਾਲ ਸਬਜ਼ੀ ਸਾਡੀ ਪਈ ਹੈ, ਬਸ ਉਸੇ ਨਾਲ ਹੀ ਖਾ ਲਵਾਂਗੇ। ਅਤੇ ਮੈਂ ਇਹਨਾਂ ਨੂੰ ਫੋਨ ਕੀਤਾ ਸੀਗਾ ਹੁਣ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਹਨਾਂ ਨੇ ਮਤਲਬ ਅੱਜ ਫਿਰ ਜਾਣਾ ਸੀਗਾ, ਪਰ ਅੱਜ ਨਹੀਂ ਗਏ। ਇਹਨਾਂ ਨੇ ਫੋਨ ਕਰ ਲਿਆ ਸੀਗਾ, ਹੈ ਨਾ, ਅਤੇ ਉਹਨਾਂ ਦਾ ਨੰਬਰ ਮਤਲਬ ਲੈ ਕੇ ਆਏ ਸੀਗੇ ਕੱਲ੍ਹ, ਅਤੇ ਉਹਨਾਂ ਨੇ ਕਿਹਾ ਸੀ ਵੀ ਜੇ ਤੁਹਾਡੇ ਕੱਲ੍ਹ ਇਹ ਟੈਸਟ ਹੋਏ, ਮਤਲਬ ਹੋਣੇ ਹੋਣਗੇ ਤਾਂ ਵੀ ਦੱਸ ਦਾਂਗੇ, ਨਹੀਂ ਹੋਣੇ ਹੋਣਗੇ ਫਿਰ ਵੀ ਦੱਸ ਦਾਂਗੇ। ਅਤੇ ਇਹਨਾਂ ਨੇ ਸਵੇਰੇ ਹੀ ਫੋਨ ਕਰ ਲਿਆ ਸੀਗਾ, ਅਤੇ ਅੱਜ ਇਹਨਾਂ ਦੇ ਟੈਸਟ ਨਹੀਂ ਹੋਏ, ਹੋਣਗੇ ਕੱਲ੍ਹ ਹੋਣਗੇ, ਹੈ ਨਾ, ਅਤੇ ਕੱਲ੍ਹ ਸਵੇਰੇ ਜਾਣਗੇ। ਅਤੇ ਮੈਂ ਹੁਣੀ ਕੀਤਾ ਸੀ ਡਰਦੀ ਮਾਰੀ ਨੇ, ਕੱਲ੍ਹ ਦੀ ਮੇਰੀ ਹਾਲਤ ਦੇਖ ਕੇ ਨਾ ਮੈਂ ਕੀਤਾ ਨਹੀਂ ਸੀ। ਮੈਨੂੰ ਕਹਿੰਦੇ ਤੂੰ ਨਾ ਸਟਰੋਂਗ ਬਣਿਆ ਕਰ, ਮੈਨੂੰ ਕਹਿੰਦੇ ਸਟਰੋਂਗ ਬਣ, ਤੂੰ ਇੰਨੀ ਸਟਰੋਂਗ ਹੈ ਅਤੇ ਤੂੰ ਇਸ ਤਰ੍ਹਾਂ ਕਿਉਂ ਡਗਮਗਾਉਣ ਲੱਗ ਜਾਂਦੀ ਹੈ, ਹੈ ਨਾ। ਅਤੇ ਮੈਂ ਕਿਹਾ ਮੇਰੇ ਵੱਸ ਦੀ ਗੱਲ ਥੋੜ੍ਹੀ ਹੈਗੀ ਹੈ, ਅਤੇ ਮੈਨੂੰ ਟੈਨਸ਼ਨ ਹੋ ਜਾਂਦੀ, ਹੈ ਨਾ, ਮਨ ਦੇ ਵਿੱਚ ਨਾ, ਤੁਹਾਨੂੰ ਮੈਂ ਸੱਚ ਦੱਸਾਂ, ਮੇਰੇ ਨਾ ਡਰ ਬਣਿਆ ਹੋਇਆ। ਜਦੋਂ ਦੇ ਬਹੁਤ ਜ਼ਿਆਦਾ ਬਿਮਾਰ ਮਤਲਬ ਹੋ ਕੇ ਹਟਿਆ ਨਾ, ਉਦੋਂ ਦਾ ਮੇਰੇ ਮਨ 'ਚ ਇਹਨਾਂ ਨੂੰ ਲੈ ਕੇ ਬਹੁਤ ਜ਼ਿਆਦਾ ਡਰ। ਹਜੇ ਮੈਂ ਆਪਣੇ ਆਪ ਨੂੰ ਲੈ ਕੇ ਬਹੁਤ ਸਟਰੋਂਗ ਹਾਂ, ਪਰ ਇਹਨਾਂ ਨੂੰ ਲੈ ਕੇ ਮੈਂ ਬਹੁਤ ਹੀ ਜ਼ਿਆਦਾ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਸਭ ਕੁਛ ਹੀ ਕਹਿੰਦੇ ਨਾ, ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਤੁਸੀਂ ਮੇਰਾ ਸਭ ਕੁਛ ਹੋ, ਹੈ ਨਾ, ਤੁਹਾਡੇ ਤੋਂ ਬਿਨਾਂ ਕੋਈ ਵੀ ਨਹੀਂ ਹੈਗਾ ਮੇਰਾ। ਔਰ ਨਾ ਮੈਂ ਮਤਲਬ ਸੋਚਦੇ ਹਾਂ ਨਾ ਆਪਾਂ ਜ਼ਿੰਦਗੀ ਦੇ ਉਸ ਮਤਲਬ ਦੌਰ 'ਤੇ ਕਈ ਵਾਰ ਆਪਾਂ ਪਹੁੰਚ ਜਾਂਦੇ ਹੈਗੇ ਹਾਂ ਕਿ ਸਾਨੂੰ ਨਾ ਅਧਰੇਵਾਂ ਹੋਣ ਲੱਗ ਜਾਂਦਾ। ਜਦੋਂ ਅਸੀਂ ਹਾਲਾਤਾਂ ਨਾਲ ਬਹੁਤ ਜ਼ਿਆਦਾ ਲੜ ਲੈਂਦੇ ਨਾ, ਫਿਰ ਅਸੀਂ ਨਾ, ਸਾਡਾ ਮਨ ਹੈ ਨਾ ਜਿਹੜਾ ਬੱਚਿਆਂ ਤੋਂ ਵੀ ਵੱਧ ਕੇ ਹੋ ਜਾਂਦਾ। ਇਹ ਨਹੀਂ ਹੁੰਦਾ ਕਿ ਅਸੀਂ ਬਜ਼ੁਰਗ ਹੋ ਗਏ ਜਾਂ ਸਾਡੀ ਏਜ ਹੋ ਗਈ, ਜਾਂ ਫਿਰ ਅਸੀਂ ਇਹ ਚੀਜ਼ ਕਿਸੇ ਦੇ ਨਾਲ ਵੀ ਕਿਸੇ ਟਾਈਮ ਵੀ ਹੋ ਸਕਦੀ ਹੈਗੀ ਹੈ। ਅਤੇ ਇਹ ਮੈਂ ਆਪਣੇ ਮਨ 'ਤੇ ਬੀਤੀ ਹੋਈ ਗੱਲ ਦੱਸ ਰਹੀ ਹਾਂ। ਸਹਿ ਸਹਿ ਕੇ ਮਤਲਬ ਬੋਡੀ ਇੰਨੀ ਹੋਣ ਲੱਗ ਗਈ ਨਾ, ਅਧਰੇਵਾਂ ਮੈਨੂੰ ਹੋ ਜਾਂਦਾ, ਔਰ ਅਧਰੇਵਾਂ ਪਤਾ ਮੈਨੂੰ ਇੰਨਾ ਤਾਂ ਹੋ ਜਾਂਦਾ ਬਹੁਤ ਹੀ ਜ਼ਿਆਦਾ।
ਜੇ ਫੋਨ ਨਾ ਚੱਕਣ, ਹੈ ਨਾ, ਬਾਈ ਚਾਂਸ ਹੁਣ ਕੱਲ੍ਹ ਮੈਨੂੰ ਕਹਿੰਦੇ ਕਿ ਮੇਰਾ ਗੋਡਾ ਵੀ ਨਹੀਂ ਚੱਲ ਰਿਹਾ ਹੈਗਾ। ਮੈਂ ਕਿਹਾ ਤੁਸੀਂ ਮੈਨੂੰ ਕੀ ਹੈ ਨਾ ਦੱਸਣਾ ਚਾਹੁੰਦੇ ਹੋ, ਮੈਨੂੰ ਇਹ ਪ੍ਰੋਬਲਮ ਹੈ, ਕਦੇ ਤਾਂ ਤੁਸੀਂ ਹੈ ਨਾ ਥੋੜ੍ਹਾ ਬਹੁਤਾ ਕਹਿ ਦਿਆ ਕਰੋ ਵੀ ਮੈਂ ਠੀਕ ਹਾਂ। ਅਤੇ ਕਹਿੰਦੇ ਜੋ ਕੁਛ ਦੁੱਖਦਾ ਮੈਂ ਤੈਨੂੰ ਹੀ ਕਹੂੰਗਾ, ਹੈ ਨਾ। ਅਤੇ ਕਈ ਵਾਰ ਤਾਂ ਮੈਂ ਸੁਣਨ ਵਾਸਤੇ ਹੈ ਨਾ ਅੰਦਰੋਂ ਆਪਣੇ ਆਪ ਨੂੰ ਮਜ਼ਬੂਤ ਬਣਾ ਲੈਂਦੀ ਹਾਂ, ਪਰ ਕਦੇ ਕਦੇ ਨਾ ਮੈਂ ਬਹੁਤ ਲੋਅ ਫੀਲ ਕਰਨ ਲੱਗ ਜਾਂਦੀ ਹਾਂ, ਬਹੁਤ ਹੀ ਜ਼ਿਆਦਾ। ਅਤੇ ਜਿਹੜੀਆਂ ਚੀਜ਼ਾਂ ਆਪਦੇ ਵੱਸ 'ਚ ਨਹੀਂ ਹੁੰਦੀਆਂ, ਹੈ ਨਾ। ਅਤੇ ਬਸ ਹੁਣ ਮੈਂ ਨਹਾਉਣ ਚੱਲੀ ਹਾਂ, ਨਹਾ ਕੇ ਆ ਕੇ ਫਿਰ ਤੁਹਾਨੂੰ ਮਿਲੂੰਗੀ, ਠੀਕ ਹੈ। ਬਾਕੀ ਸਾਰਾ ਕੰਮ ਮੇਰਾ ਹੋ ਗਿਆ ਹੋਇਆ, ਮੈਂ ਕਿਹਾ ਤੁਹਾਡੇ ਨਾਲ ਗੱਲਬਾਤ ਕਰ ਲਾਂ। ਅੱਜ ਮੇਰਾ ਬੋਲਣ ਨੂੰ ਵੀ ਜੀ ਨਹੀਂ ਕਰ ਰਿਹਾ, ਤੁਹਾਨੂੰ ਮੈਂ ਦੱਸਾਂ, ਬਿਲਕੁਲ ਵੀ ਬੋਲਣ ਨੂੰ ਜੀ ਨਹੀਂ ਕਰ ਰਿਹਾ। ਅੱਖਾਂ ਹਜੇ ਤੱਕ ਵੀ ਨਾ ਮਤਲਬ ਬੰਦ ਕਰਦੀਆਂ, ਇਸ ਤਰ੍ਹਾਂ ਲੱਗਦਾ ਜਿਵੇਂ ਪਾਣੀ ਨਾਲ ਭਰੀਆਂ ਪਈਆਂ ਹੈਗੀਆਂ। ਮੈਨੂੰ ਕਹਿੰਦੇ ਤੂੰ ਇੰਨਾ ਕਿਉਂ ਘਬਰਾ ਗਈ ਸੀ ਕੱਲ੍ਹ, ਮੈਨੂੰ ਕਹਿੰਦੇ ਇੰਨਾ ਤੂੰ ਕਿਉਂ ਘਬਰਾ ਗਈ, ਕੀ ਸੋਚ ਕੇ ਬੈਠ ਗਈ? ਅਤੇ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਮੈਂ ਇਹ ਸੋਚਣ ਲੱਗ ਗਈ, ਹੈ ਨਾ। ਮੈਨੂੰ ਘਰੇ ਪਤਾ ਕੀ ਕਹਿ ਕੇ ਗਏ, ਤੁਹਾਨੂੰ ਮੈਂ ਸੱਚ ਦੱਸਦੀ ਹਾਂ, ਮੈਨੂੰ ਪਤਾ ਕੀ ਕਹਿ ਗਏ ਘਰੇ, ਮੈਨੂੰ ਕਹਿੰਦੇ ਇਹ ਤਾਂ ਨਾ ਸਿੱਧਾ ਦਿਮਾਗ 'ਤੇ, ਜੇ ਲੰਗਸ ਦੀ ਪ੍ਰੋਬਲਮ ਮੈਨੂੰ ਨਿਕਲੀ ਨਾ ਸਿੱਧਾ ਦਿਮਾਗ 'ਤੇ ਅਟੈਕ ਕਰੇਗੀ, ਫਿਰ ਸਮਝੋ ਬੰਦਾ ਖਤਮ, ਮੈਨੂੰ ਕਹਿ ਕੇ ਗਏ। ਅਤੇ ਮੈਂ ਆਪਣੇ ਦਿਮਾਗ 'ਚੋਂ ਗੱਲ ਬਿਠਾ ਲਈ, ਹੈ ਨਾ, ਬਿਠਾ ਲਈ, ਅਤੇ ਫਿਰ ਮੈਂ ਉਹੀ ਚੀਜ਼ਾਂ ਸੋਚਣ ਲੱਗ ਗਈ। ਅਤੇ ਜਿੰਨੀ ਦੇਰ ਡਾਕਟਰ ਨਹੀਂ ਮਿਲੇ ਉੰਨੀ ਦੇਰ ਮੇਰੇ ਦਿਮਾਗ 'ਚ ਇਹੀ ਚੱਲਦਾ ਰਿਹਾ ਵੀ ਡਾਕਟਰ ਕੀ ਕਹਿਣਗੇ, ਹੈ ਨਾ, ਕੀ ਪਤਾ ਇਹਨਾਂ ਨੂੰ ਜ਼ਿਆਦਾ ਪਤਾ ਹੁੰਦਾ, ਇੰਨੀ ਪ੍ਰੋਬਲਮ ਇਹਨਾਂ ਦੀ ਵੱਧ ਗਈ, ਹੈ ਨਾ, ਇਹਨਾਂ ਨੇ ਮੈਨੂੰ ਦੱਸੀ ਨਹੀਂ। ਇਹ ਸੋਚ ਕੇ ਕੱਲ੍ਹ ਮੇਰੀ ਹਾਲਤ ਖਰਾਬ ਹੋਈ। ਅਤੇ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਦੀ ਗੱਲਾਂ ਨਾ ਕਰਿਆ ਕਰੋ, ਹੈ ਨਾ। ਕਈ ਵਾਰ ਆਪਾਂ ਪ੍ਰੋਬਲਮ ਬਹੁਤ ਵੱਡੀ ਸਮਝ ਲੈਂਦੇ ਹਾਂ, ਹੁੰਦੀ ਛੋਟੀ ਜਿਹੀ ਹੈ, ਪ੍ਰੋਬਲਮ ਬਹੁਤ ਵੱਡੀ ਸਮਝ ਲੈਂਦੇ ਹਾਂ। ਚਲੋ ਮੈਂ ਨਹਾ ਕੇ ਆਉਂਦੀ ਹਾਂ, ਫਿਰ ਮਿਲਦੇ ਹਾਂ। ਜਿਸ ਹਿਸਾਬ ਨਾਲ ਸਾਡੇ ਹਾਲਾਤ ਹੈ, ਹੈ ਨਾ, ਸਾਡੀ ਤਬੀਅਤ ਖਰਾਬ ਹੋ ਜਾਂਦੀ ਹੈ, ਖਾਸ ਕਰਕੇ ਨਾ ਜਿਸ ਤਰ੍ਹਾਂ ਮੰਜੂ ਜੀ ਅੱਜ ਤੁਸੀਂ ਮੈਸੇਜ ਬਹੁਤ ਵਧੀਆ ਮੈਨੂੰ ਭੇਜਿਆ, ਹੈ ਨਾ, ਅਤੇ ਇਸ ਤਰ੍ਹਾਂ ਤੁਸੀਂ ਜ਼ਰੂਰ ਭੇਜਿਆ ਕਰੋ। ਮੈਂ ਸਾਰਿਆਂ ਜਣਿਆਂ ਨੂੰ ਇਹ ਕਹਿੰਦੀ ਹਾਂ ਕਿ ਜਿਵੇਂ ਵੀ ਮੈਂ ਗੱਲਾਂ ਕਰਦੀ ਹਾਂ ਨਾ, ਉਸ ਦੇ ਨਾਲ ਕੋਈ ਵੀ ਤੁਹਾਨੂੰ ਚੀਜ਼ ਦਾ ਪਤਾ, ਮੈਨੂੰ ਤੁਸੀਂ ਜ਼ਰੂਰ ਦੱਸਿਆ ਕਰੋ। ਜਿੱਥੋਂ ਜਿੱਥੋਂ ਵੀ ਤੁਸੀਂ ਵਲੋਗ ਦੇਖਦੇ ਹੋ, ਇੱਕ ਦੂਜੇ ਨੂੰ ਦੱਸ ਕੇ ਨਾ ਹੌਸਲਾ ਮਿਲਦਾ ਹੈਗਾ। ਅਤੇ ਚਾਹੇ ਪ੍ਰੋਬਲਮ ਕੁਛ ਵੀ ਨਾ ਹੋਵੇ, ਬੰਦਾ ਨਾ ਹੌਸਲੇ ਨਾਲ ਹੀ ਠੀਕ ਹੋ ਜਾਂਦਾ ਹੈਗਾ। ਅਤੇ ਕਰੋਨਾ ਨੇ ਨਾ ਬਹੁਤ ਕਹਿੰਦੇ ਨਾ ਪਹਿਲਾਂ ਤੱਕ ਬੁਖਾਰ ਹੋਇਆ, ਫਿਰ ਉਸ ਤੋਂ ਬਾਅਦ ਜਿਹੜੀ ਹੁਣ ਅੱਜ ਕੱਲ੍ਹ ਹੈਲਥ ਖਰਾਬ ਹੋ ਰਹੀ ਹੈ ਨਾ, ਬਹੁਤ ਮਤਲਬ ਇਸ ਤਰ੍ਹਾਂ ਗੰਦਾ ਗੰਦਾ ਫੀਲ ਹੁੰਦਾ, ਹੈ ਨਾ, ਪਤਾ ਹੀ ਨਹੀਂ ਚੱਲਦਾ ਕੀ ਹੋ ਰਿਹਾ ਸਾਡੀ ਬੋਡੀ ਦੇ ਨਾਲ, ਕੀ ਨਹੀਂ ਹੋ ਰਿਹਾ। ਇੱਕ ਸੁੰਨਾਪਨ ਜਿਹਾ ਹੋ ਜਾਂਦਾ, ਹੈ ਨਾ, ਜੇ ਜ਼ਿਆਦਾ ਟੈਨਸ਼ਨ ਲੈਂਦੇ ਹਾਂ, ਜ਼ਿਆਦਾ ਕੰਮ ਕਰਦੇ ਹਾਂ ਤਾਂ ਕਮਜ਼ੋਰੀ ਮਹਿਸੂਸ ਹੋਣ ਲੱਗ ਜਾਂਦੀ, ਜ਼ਿਆਦਾ ਖਾਂਦੇ ਹਾਂ ਤਾਂ ਪੇਟ, ਹੈ ਨਾ, ਖਰਾਬ ਹੋ ਜਾਂਦਾ, ਕੀ ਕਰੇ ਬੰਦਾ, ਹੈ ਨਾ। ਅਤੇ ਜ਼ਿਆਦਾ ਕੰਮ ਕਰਦੇ ਹਾਂ ਅਤੇ ਬੁਖਾਰ ਲੱਗਣ ਲੱਗ ਜਾਂਦਾ, ਇਹ ਦਿੱਕਤਾਂ ਆ ਰਹੀਆਂ ਹੈਗੀਆਂ। ਅਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਦੀ ਹੁੰਦੀ, ਮੈਨੂੰ ਤਾਂ ਪੂਰਾ ਮਹੀਨਾ ਬੁਖਾਰ ਚੜਿਆ, 104, 105, ਹੈ ਨਾ। ਅਤੇ ਮੈਂ ਖੁਦ ਹੈਰਾਨ ਸੀ ਵੀ ਕੀ ਹੋ ਰਿਹਾ, ਹੈ ਨਾ। ਅਤੇ ਇਕੱਲੀ ਹੀ ਸੀ ਘਰੇ, ਹੈ ਨਾ, ਬੱਚਿਆਂ ਦੇ ਨਾਲ, ਅਤੇ ਮੈਨੂੰ ਤਾਂ ਪਤਾ ਵੀ ਨਹੀਂ ਸੀ ਕੀ ਕਰਨਾ। ਬਸ ਜੋ ਜਿਵੇਂ ਜਿਵੇਂ, ਹੈ ਨਾ, ਆਪਦੇ ਕੱਪੜੇ ਧੋਣੇ ਸੀ, ਕੱਪੜੇ ਧੋਂਦੀ ਰਹਿੰਦੀ ਸੀ, ਹੈ ਨਾ, ਬੱਚਿਆਂ ਦੇ ਲਵਾ ਕੇ ਕੱਪੜੇ ਉਹ ਧੋਂਦੀ, ਨਾਲੇ ਸਾਹ ਚੜਦਾ ਰਹਿੰਦਾ ਸੀ ਅਤੇ ਨਾਲੇ ਕੱਪੜੇ ਧੋਂਦੀ ਰਹਿੰਦੀ ਸੀ। ਉਹ ਟਾਈਮ ਨਾ ਬਹੁਤ ਅੰਦਰ ਵੜ ਕੇ ਜਿਹੜਾ ਕੱਟਣਾ ਮੁਸ਼ਕਿਲ ਹੋਇਆ ਨਾ, ਅਤੇ ਉਹਦੇ ਵਿੱਚ ਤਾਂ ਚੱਲਿਆ ਵੀ ਨਹੀਂ ਜਾਂਦਾ, ਪਰ ਫਿਰ ਵੀ ਤੁਸੀਂ ਦੇਖ ਲਓ, ਮੈਂ ਆਪਦੇ ਬੱਚਿਆਂ ਨੂੰ
ਕੁਛ ਨਾ ਕੁਛ ਬਣਾ ਕੇ ਵੀ ਦਿੰਦੀ ਸੀ, ਹੈ ਨਾ। ਕੁਛ ਇੱਧਰ ਉੱਧਰੋਂ ਅਸੀਂ ਹੈਲਪ ਵੀ ਮੰਗਦੇ ਹੈਗੇ ਹਾਂ, ਪਰ ਕੁਛ ਆਪਣੇ ਆਪ ਵੀ ਕੁਛ ਨਾ ਕੁਛ ਕਰਨਾ ਪੈਂਦਾ ਸੀਗਾ। ਅਤੇ ਉਹ ਟਾਈਮ ਅਗਰ ਯਾਦ ਕਰਦੇ ਹਾਂ ਨਾ, ਤਾਂ ਅਸੀਂ ਉਸ ਟਾਈਮ ਤਾਂ ਸਟਰੋਂਗ ਬਣਾ ਲਿਆ ਕੰਮ ਕਰਦੇ ਰਹੇ, ਪਰ ਜਿਹੜਾ ਇਹ ਵਾਲਾ ਟਾਈਮ ਹੈ ਨਾ, ਇਹ ਟਾਈਮ ਕੱਟਣਾ ਬਹੁਤ ਮੁਸ਼ਕਲ ਹੋਇਆ ਪਿਆ। ਅਤੇ ਇਹ ਸਾਰੀ ਦਿੱਕਤ, ਜਿਵੇਂ ਮੰਜੂ ਜੀ ਨੇ ਬੋਲਿਆ ਕਿ ਕਰੋਨਾ ਤੋਂ ਬਾਅਦ ਮੈਨੂੰ ਵੀ ਇਸ ਤਰ੍ਹਾਂ ਹੋ ਰਿਹਾ, ਮੇਰੇ ਹਸਬੈਂਡ ਨੂੰ ਵੀ ਉਸ ਤਰ੍ਹਾਂ ਹੋ ਰਿਹਾ, ਮੈਂ ਵੀ ਜੇ ਦਹੀਂ ਥੋੜ੍ਹੀ ਜਿਹੀ ਖਾ ਲਾਂ, ਹੈ ਨਾ, ਅਤੇ ਉਹਦੇ ਨਾਲ ਮੇਰੀ ਇਸ ਤਰ੍ਹਾਂ ਚੈਸਟ ਭਾਰੀ ਹੋਣੀ ਸ਼ੁਰੂ ਹੋ ਜਾਂਦੀ ਹੈ, ਜਿਸ ਤਰ੍ਹਾਂ ਨਾ ਮੈਨੂੰ ਨਮੂਨੀਆ ਹੋਵੇ, ਪਸਲੀਆਂ 'ਚ ਦਰਦ, ਵੱਖੀਆਂ 'ਚ, ਸਾਰੀਆਂ 'ਚ ਦਰਦ, ਹੈ ਨਾ, ਅਤੇ ਇਸ ਤਰ੍ਹਾਂ ਜਕੜਨ ਹੋਣ ਲੱਗ ਜਾਂਦੀ ਹੈ, ਜਿਸ ਤਰ੍ਹਾਂ ਨਾ ਸਾਨੂੰ ਬਹੁਤ ਤੇਜ਼ ਬੁਖਾਰ ਨਾਲ ਕਾਂਬਾ ਚੜ ਰਿਹਾ ਹੁੰਦਾ, ਅਤੇ ਅਸੀਂ ਗਰਮ ਗਰਮ ਕੋਈ ਚੀਜ਼ ਖਾ ਲਈਏ, ਹੈ ਨਾ, ਕਾੜਾ ਬਣਾ ਕੇ ਪੀ ਲਈਏ, ਜਾਂ ਫਿਰ ਬਹੁਤ ਜ਼ਿਆਦਾ, ਹੈ ਨਾ, ਗਰਮ ਗਰਮ ਚੀਜ਼ ਖਾ ਲਈਏ। ਕਈ ਵਾਰ ਤਾਂ ਨਾ ਮਤਲਬ ਜਦੋਂ ਮੈਂ ਬੇਬਸ ਹੋ ਜਾਂਦੀ, ਫਿਰ ਮੈਂ ਗਰਮ ਗਰਮ ਪਾਣੀ ਕਰਕੇ ਪੀ ਲੈਂਦੀ ਹੁੰਦੀ ਹਾਂ, ਉਹਦੇ ਨਾਲ ਫਿਰ ਮੈਨੂੰ ਇਸ ਤਰ੍ਹਾਂ ਲੱਗਦਾ ਮੇਰੀ ਚੈਸਟ ਵੀ ਕਲੀਅਰ ਹੋ ਗਈ ਔਰ ਮੈਂ ਥੋੜ੍ਹਾ ਜਿਹਾ ਠੀਕ ਵੀ ਫੀਲ ਕਰਦੀ ਹਾਂ। ਅਤੇ ਇਹ ਮੈਂ ਗੁੜ ਭਿਉਂਤਾ ਸੀ ਅੱਜ, ਮੈਂ ਕਿਹਾ ਚੱਲ ਗੁਲਗੁਲੇ ਬਣਾਊਂਗੀ। ਮਠਿਆਈ ਵੀ ਲਿਆਂਦੀ ਸੀ ਰੋਟੀ ਤੋਂ ਬਾਅਦ, ਨਾ ਜੀ ਕਰਦਾ ਮਿੱਠਾ ਖਾਣ ਨੂੰ, ਅਤੇ ਮਠਿਆਈ ਨਹੀਂ ਚੰਗੀ ਲੱਗਦੀ, ਮਿੱਠਾ ਬਹੁਤ ਹੁੰਦਾ, ਮਠਿਆਈ ਹੈ ਫਿਰ ਮਿੱਠਾ ਤਾਂ ਹੋਊਗਾ, ਹੈ ਨਾ, ਇਸ ਕਰਕੇ ਮੈਂ ਗੁਲਗੁਲੇ ਬਣਾਊਂਗੀ ਅੱਜ। ਅਤੇ ਹੁਣ ਥੋੜ੍ਹਾ ਜਿਹਾ ਮੈਂ ਘੰਟਾ ਡੇਢ ਘੰਟਾ ਰੈਸਟ ਕਰਨ ਤੋਂ ਬਾਅਦ ਥੋੜ੍ਹਾ ਜਿਹਾ ਅੱਛਾ ਫੀਲ ਕਰ ਰਹੀ ਸੀ, ਕਿਉਂਕਿ ਪੈਣ ਲੱਗੇ ਮੈਂ ਇੱਕ ਗੋਲੀ ਖਾ ਲਈ ਸੀਗੀ ਪੈਰਾਸੀਟਾਮੋਲ, ਫਿਰ ਉਸ ਤੋਂ ਬਾਅਦ ਮੈਨੂੰ ਥੋੜ੍ਹਾ ਜਿਹਾ ਅੱਛਾ ਫੀਲ ਹੋਣ ਲੱਗਿਆ। ਅਤੇ ਕੰਮ ਇਹ ਵਾਲਾ ਜਿਹੜਾ ਕੱਪੜਿਆਂ ਦਾ ਸੀਗਾ, ਉਲਟਾਉਣ ਪਲਟਾਉਣ ਵਾਲਾ, ਹੈ ਨਾ, ਇੰਨਾ ਕੰਮ ਹੋ ਜਾਂਦਾ, ਤੁਸੀਂ ਦੇਖ ਲਓ, ਹੈ ਨਾ, ਸਵੇਰੇ ਕੱਪੜੇ ਧੋਤੇ ਸੀ, ਮਤਲਬ ਕਈ ਵਾਰ ਡਬਲ ਡਬਲ ਆਪਾਂ ਪਾ ਦਿੰਦੇ ਹਾਂ, ਫਿਰ ਉਹਨਾਂ ਨੂੰ ਸਿੰਗਲ ਸਿੰਗਲ ਕਰੋ, ਇੰਨੀ ਗਰਮੀ ਦੇ ਵਿੱਚ ਵੀ ਨਾ ਕੱਪੜੇ ਵੀ, ਪਤਾ ਨਹੀਂ ਭਾਈ ਮੌਸਮ ਕਿੱਦਾਂ ਦਾ ਹੈਗਾ, ਕਿੱਦਾਂ ਦੀ ਗਰਮੀ ਹੈ, ਕੱਪੜੇ ਵੀ ਨਹੀਂ ਸੁੱਕਦੇ ਹੈਗੇ, ਹੈ ਨਾ, ਅਤੇ ਸੁੱਕ ਤਾਂ ਜਾਂਦੇ ਆ, ਮਤਲਬ ਉਲਟਾ ਪਲਟਾ ਕਰਨਾ ਪੈਂਦਾ ਹੈਗਾ। ਇਹ ਕੰਬਲ ਨਾ ਮਸ਼ੀਨ ਦੇ ਸਪਿਨਰ ਦੇ ਵਿੱਚ ਨਹੀਂ ਆਇਆ ਸੀ, ਫਿਰ ਇਸ ਕਰਕੇ ਮੈਂ ਇਸ ਤਰ੍ਹਾਂ ਹੀ ਪਾ ਤਾ। ਹੁਣ ਨਾ ਇਹਨਾਂ ਦੀ ਭਾਈ ਪੈਂਟ 'ਤੇ ਪਤਾ ਨਹੀਂ ਕਿਹੜੇ ਪਕਸ਼ੀ ਨੇ ਬਿੱਠ ਜੀ ਕਰਤੀ ਸੀ, ਫਿਰ ਮੈਂ ਸਾਫ਼, ਪਹਿਲਾਂ ਸੋਚਿਆ ਸੀ ਧੋਣੀ ਨਾ ਪਵੇ, ਪਰ ਸਾਫ਼ ਹੋ ਗਈ, ਮੈਂ ਬਹੁਤ ਖੁਸ਼ ਹੋ ਗਈ, ਸਾਰੇ ਕੱਪੜੇ ਚੱਕ ਕੇ ਭੱਜ ਕੇ ਅੰਦਰ ਲੈ ਗਈ, ਹੈ ਨਾ, ਫਿਰ ਸਾਰੇ ਕੱਪੜਿਆਂ ਨੂੰ ਮੈਂ ਤਹਿਆਂ ਲਗਾਈਆਂ, ਹੁਣ ਰਹਿ ਗਏ ਗੁਲਗੁਲੇ ਬਣਾਉਣੇ। ਗੁਲਗੁਲੇ ਦੇਖਦੀ ਹਾਂ, ਹੈ ਨਾ, ਅਗਰ ਬਣ ਗਏ ਤਾਂ ਠੀਕ ਹੈ, ਕਿਉਂਕਿ ਹਜੇ 6 ਵਜੇ ਹੈ। ਮੇਰੇ ਨਾ ਪੇਟ 'ਚ ਦਰਦ ਹੋਈ ਜਾਂਦਾ ਸੀ, ਫਿਰ ਮੈਂ ਇਹਨਾਂ ਕੋਲ ਦਵਾਈ ਮੰਗਾਈ, ਅਤੇ ਪੇਟ ਦੀ ਦਵਾਈ ਖਾ ਕੇ ਨਾ ਹਜੇ ਮੈਨੂੰ ਫਿਰ ਨੀਂਦ ਆਉਣ ਲੱਗ ਗਈ, ਅਤੇ ਸੋ ਗਈ ਸੀ ਇੱਕ ਡੇਢ ਘੰਟਾ ਕੱਪੜੇ ਤੈਅ ਮਾਰ ਕੇ ਸੰਭਾਲ ਕੇ, ਫਿਰ ਹੁਣ 10 ਮਿੰਟ ਪਾਉਂਗੀ। ਅਗਰ ਹੋ ਸਕਿਆ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ, ਬਹੁਤ ਵਧੀਆ ਲੱਗਦੇ ਗੁੜ ਦੇ, ਹੈ ਨਾ, ਗੁਲਗੁਲੇ, ਅਤੇ ਤੁਸੀਂ ਵੀ ਜ਼ਰੂਰ ਬਣਾਇਓ, ਖਾਇਓ, ਹੈ ਨਾ। ਮਠਿਆਈ ਲਿਆਉਣ ਦੀ ਬਜਾਏ ਇਹ ਹੈ ਕਿ ਆਪਾਂ ਘਰ ਦੇ ਬਣਾ ਕੇ ਸ਼ੁੱਧ ਚੀਜ਼ ਖਾ ਲਈਏ। ਬੁਖਾਰ ਚੈੱਕ ਕੀਤਾ ਤਾਂ ਭਾਈ ਬੁਖਾਰ ਤਾਂ ਮੈਨੂੰ ਹੈ ਨਹੀਂ ਸੀਗਾ। ਲਓ ਜੀ, ਮੈਂ ਇੱਧਰ ਆ ਗਈ ਡਰਾਇੰਗ ਰੂਮ ਦੇ ਵਿੱਚ। ਪਤਾ ਕਿ ਉੱਥੇ ਨਾ ਇਸ ਟਾਈਮ ਮੈਨੂੰ ਗਰਮੀ ਬਹੁਤ ਲੱਗਣ ਲੱਗ ਗਈ ਸੀ, ਏਸੀ ਚਲਾਉਣ ਦਾ ਮੇਰਾ ਮਨ ਨਹੀਂ ਸੀਗਾ, ਮੈਂ ਕਿਹਾ ਚੱਲ ਇੱਥੇ ਬੈਠ ਜਾਂਦੀ ਥੋੜ੍ਹੀ ਦੇਰ, ਮੈਂ ਇੱਥੇ ਵੀ ਬੈਠ ਜਾਂਦੀ ਹਾਂ ਆ ਕੇ। ਅਤੇ ਸਵੇਰੇ ਤਾਂ ਇਸ ਟਾਈਮ ਇੱਧਰੋਂ ਧੁੱਪ ਆਉਂਦੀ ਹੈ, ਪਰ ਇਸ ਟਾਈਮ ਠੀਕ ਹੁੰਦਾ, ਹੈ ਨਾ, ਅਤੇ ਥੋੜ੍ਹਾ ਬਹੁਤਾ ਜਿਸ ਤਰ੍ਹਾਂ ਜੇ ਕਿਤੇ ਜਾਣਾ ਜਾ ਆਈਦਾ, ਹੈ ਨਾ, ਅਤੇ ਨਹੀਂ ਤਾਂ ਮੈਂ ਥੋੜ੍ਹੀ ਦੇਰ ਇੱਥੇ ਬੈਠ ਕੇ ਫਿਰ ਮੈਂ ਰਸੋਈ 'ਚ ਚਲੀ ਜਾਂਦੀ ਹੁੰਦੀ ਹਾਂ, ਹੈ ਨਾ, ਅਤੇ ਬਸ ਅੰਦਰ ਕੰਮ ਕੁੰਮ ਕਰੀ ਜਾਓ, ਜਾਂ ਫਿਰ, ਹੈ ਨਾ, ਜੇ ਕਿਤੇ ਜਾਣਾ ਫਿਰ ਉੱਥੇ ਜਾ ਆਓ, ਬਸ ਹੋਰ ਕੀ ਹੈ, ਹੈ ਨਾ। ਅਤੇ ਇਹੀ ਜ਼ਿੰਦਗੀ ਹੈ, ਇਹੀ ਟਾਈਮ ਹੈ, ਹੈ ਨਾ, ਜਿਹੜਾ ਆਪਾਂ ਕੱਟੀ ਜਾਂਦੇ ਹੈਗੇ ਹਾਂ, ਅਤੇ ਇਹ ਟਾਈਮ ਕੱਟਣਾ ਕਈ ਵਾਰ ਔਖਾ ਹੋ ਜਾਂਦਾ ਹੈਗਾ। ਅਤੇ ਅੰਦਰ ਹੀ ਅੰਦਰ, ਹੈ ਨਾ, ਬੰਦਾ ਬੈਠਾ ਰਹਿੰਦਾ ਹੈਗਾ। ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਤਾਂ ਨਾ, ਮੈਂ ਤੁਹਾਨੂੰ ਦੱਸਾਂ, ਇੱਕ ਦੂਜੇ ਨੂੰ ਕੋਈ ਬੁਲਾਉਂਦਾ ਵੀ ਹੈ ਨਹੀਂ, ਹੈ ਨਾ, ਅਤੇ ਸਾਰਾ ਦਿਨ ਆਪਾਂ ਅੰਦਰ ਹੀ ਬੈਠੇ ਰਹਿੰਦੇ ਹਾਂ। ਅਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਹਮੇਸ਼ਾ ਦੱਸਦੀ ਹੁੰਦੀ ਹਾਂ, ਕਰੋਨਾ ਦੇ ਵਿੱਚ ਵੀ ਨਾ, ਉਦੋਂ ਤਾਂ ਕਿਹਨੇ ਬਾਹਰ, ਹੈ ਨਾ, ਨਿਕਲਣਾ ਸੀ ਜਾਂ ਦੇਖਣਾ ਸੀ, ਸਾਰਾ ਦਿਨ ਸਨਾਟਾ ਹੀ ਛਾਇਆ ਰਹਿੰਦਾ ਸੀ। ਫਿਰ ਮੈਂ ਨਾ ਇਸ ਤਰ੍ਹਾਂ ਬੈਠੀ ਦੇਖਦੀ ਰਹਿਣਾ ਇੱਥੇ, ਅਤੇ ਇਹ ਪੜਦਾ ਚੱਕ ਚੱਕ ਕੇ ਦੇਖੀ ਜਾਣਾ, ਹੈ ਨਾ, ਅਤੇ ਜਿਵੇਂ ਹੋਸਪਿਟਲ ਤੋਂ ਫੋਨ ਕਰ ਦਿੰਦੇ ਸੀਗੇ
ਵੀ ਮੇਰੇ ਘਰੇ ਹੈ ਨਾ ਆਹ ਚੀਜ਼ ਪਹੁੰਚਾ ਦਿਓ, ਆਹ ਚੀਜ਼ ਪਹੁੰਚਾ ਦਿਓ, ਜਿਵੇਂ ਜਿਵੇਂ ਇਹਨਾਂ ਕੋਲ ਕੋਈ ਹੈ ਨਾ ਕੋਲ ਵਗੈਰਾ ਆਉਂਦੀ ਸੀਗੀ ਅਤੇ ਮੈਂ ਇਸ ਤਰ੍ਹਾਂ ਬੈਠ ਕੇ ਦੇਖੀ ਜਾਣਾ, ਕਿਉਂਕਿ ਇੱਥੋਂ ਜੇ ਮੈਂ ਦਰਵਾਜ਼ਾ ਖੋਲ੍ਹਣ ਜਾਂਦੀ ਸੀ ਹੈ ਨਾ ਬੈੱਲ ਵੱਜਦੀ ਸੀ ਅਤੇ ਅੰਦਰ ਤਾਂ ਕੋਈ ਆਉਂਦਾ ਹੀ ਨਹੀਂ ਸੀਗਾ, ਬਾਹਰੋਂ ਹੀ ਬੈੱਲ ਵਜਾ ਦਿੰਦੇ ਸੀ ਅਤੇ ਭਾਈ ਬਾਹਰੋਂ ਹੀ ਸਮਾਨ ਉੱਥੇ ਥੱਲੇ ਫਰਸ਼ 'ਤੇ ਰੱਖ ਦਿੰਦੇ ਸੀ, ਫਿਰ ਅਸੀਂ ਉੱਥੋਂ ਚੱਕ ਲੈਂਦੇ ਹੁੰਦੇ ਸੀਗੇ। ਅਤੇ ਜੇ ਰਸੋਈ ਦੇ ਵਿੱਚ ਜਾਣਾ ਹੈ ਅਤੇ ਰਸੋਈ 'ਚ ਜਦੋਂ ਜਾਣਾ ਹੈ ਅਤੇ ਰਸੋਈ 'ਚ ਜਾਂਦੇ ਜਾਂਦੇ ਹੀ ਹੈ ਨਾ ਕਿੰਨਾ ਸਾਹ ਚੜ ਜਾਂਦਾ ਹੁੰਦਾ ਸੀ, ਸਭ ਤੋਂ ਜ਼ਿਆਦਾ ਸਾਹ ਦੀ ਪ੍ਰੋਬਲਮ ਆਉਂਦੀ ਸੀਗੀ ਹੈ ਨਾ, ਅਤੇ ਉਹੀ ਪ੍ਰੋਬਲਮ ਥੋੜ੍ਹੀ ਥੋੜ੍ਹੀ ਹੁਣ ਮਤਲਬ ਦਿੱਕਤ ਕਰ ਰਹੀ ਹੈਗੀ ਹੈ। ਬਿਮਾਰੀ ਕੋਈ ਨਾ ਕੋਈ ਤਾਂ ਅਸਰ ਆਪਦਾ ਛੱਡ ਕੇ ਹੀ ਜਾਂਦੀ ਹੈ ਹੈ ਨਾ, ਅਤੇ ਜਿਸ ਤਰ੍ਹਾਂ ਚਿਕਨਗੁਨੀਆ ਹੋਇਆ ਸੀ, ਡੇਂਗੂ ਹੋਇਆ ਸੀ ਹੈ ਨਾ, ਅਤੇ ਉਹਦੀ ਕਿੰਨੀ ਦੇਰ ਹੈ ਨਾ ਉਹਦਾ ਅਸਰ ਬੋਡੀ ਦੇ ਵਿੱਚ ਰਿਹਾ ਸੀਗਾ। ਮੈਨੂੰ ਚਿਕਨਗੁਨੀਆ ਹੋਇਆ ਸੀ ਨਾ, ਚਿਕਨਗੁਨੀਆ ਦਾ ਅਸਰ ਮੈਂ ਤੁਹਾਨੂੰ ਦੱਸਾਂ, ਕਮ ਸੇ ਕਮ 4-5 ਸਾਲ ਮੇਰੀ ਬੋਡੀ ਦੇ ਅੰਦਰ ਹਜੇ ਤੱਕ ਵੀ ਮਤਲਬ ਅਗਰ ਜੁਆਇੰਟ ਦੁਖਦੇ ਹੈ ਨਾ ਅਤੇ ਮੈਂ ਉਹ ਗੋਲੀ SOS ਮਤਲਬ ਖਾਂਦੀ ਹੈਗੀ ਹਾਂ। ਅਤੇ ਬਾਕੀ ਆ ਜਿਹੜਾ ਹੁਣ ਦਿੱਕਤ ਆਉਣ ਲੱਗ ਗਈ ਹੈ ਨਾ ਥੋੜ੍ਹੀ ਜਿਹੀ, ਆਪਾਂ ਕੋਈ ਠੰਡੀ ਚੀਜ਼ ਕੱਲ੍ਹ ਨਾ ਭਾਈ ਮੈਂ ਤੁਹਾਨੂੰ ਦੱਸਦੀ ਹਾਂ, ਦਿਮਾਗ 'ਤੇ ਟੈਨਸ਼ਨ ਮੈਨੂੰ ਇੰਨਾ ਦੀ ਹੋ ਗਈ ਅਤੇ ਮੈਂ ਭੁੱਲ ਗਈ ਹੈ ਨਾ, ਬਨਾਨਾ ਸ਼ੇਕ ਬਣਾਇਆ ਠੰਡਾ ਫਰਿੱਜ 'ਚੋਂ ਕੱਢ ਕੇ ਅਤੇ ਮੈਂ ਬਨਾਨਾ ਸ਼ੇਕ ਹੀ ਪੀ ਗਈ ਠੰਡਾ ਭਾਈ। ਉਸ ਤੋਂ ਬਾਅਦ ਜਿਹੜੇ ਮੇਰੇ ਦਰਦਾਂ ਹੋਈਆਂ ਬੋਡੀ ਦੇ ਵਿੱਚ, ਹਾਏ ਰੱਬਾ, ਫਿਰ ਮੈਂ ਰਾਤ ਨੂੰ ਦੇਖ ਲਓ ਗੋਲੀ ਖਾਧੀ ਹੈ ਨਾ, ਅਤੇ ਗੋਲੀ ਖਾ ਕੇ ਮੈਂ ਸੋਚਿਆ ਮੈਂ ਕਿਹਾ ਚੱਲ ਬਿਨਾਂ ਗੋਲੀ ਤੋਂ ਆਰਾਮ ਆ ਜਾਊ, ਪਰ ਨਹੀਂ ਆਇਆ। ਕਈ ਵਾਰ ਆਪਾਂ ਭੁੱਲ ਚੁੱਕ ਹੈ ਨਾ, ਰਸੋਈ ਦੇ ਵਿੱਚ ਖੜ੍ਹੇ ਹੁੰਦੇ ਹਾਂ, ਚੀਜ਼ਾਂ ਬਣਾਉਂਦੇ ਹਾਂ ਤਾਂ ਖਾਧੀ ਜਾਂਦੀ ਭੁੱਲ ਕੇ, ਅਤੇ ਜ਼ਿਆਦਾ ਲੰਬੀ ਵੀਡੀਓ ਨਹੀਂ ਕਰਾਂਗੇ ਹੈ ਨਾ, ਅਤੇ ਹੁਣ ਆਪਾਂ ਵਲੋਗ ਅਪਲੋਡ ਕਰਾਂਗੇ ਤਾਂ ਕਿ ਤੁਹਾਡੇ ਤੱਕ ਸਾਰਿਆਂ ਤੱਕ ਪਹੁੰਚ ਸਕੇ। ਜਿੱਥੋਂ ਜਿੱਥੋਂ ਵੀ ਤੁਸੀਂ ਸਾਡਾ ਵਲੋਗ ਦੇਖਦੇ ਹੋ ਪਲੀਜ਼ ਤੁਸੀਂ ਰਿਪਲਾਈ ਜ਼ਰੂਰ ਦਿਆ ਕਰੋ ਅਤੇ ਮੈਸੇਜ ਰਾਹੀਂ ਜ਼ਰੂਰ ਦੱਸਿਆ ਕਰੋ ਕਿ ਤੁਸੀਂ ਸਾਡਾ ਵਲੋਗ ਕਿੱਥੋਂ ਕਿੱਥੋਂ ਦੇਖਦੇ ਹੋ, ਠੀਕ ਹੈ? ਅਤੇ ਜੇ ਮੈਂ ਕੋਈ ਵੀ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਅਤੇ ਤੁਸੀਂ ਉਸ ਚੀਜ਼ ਦਾ ਰਿਪਲਾਈ ਮਤਲਬ ਜੇ ਕੁਛ ਸਮਝ ਆਉਂਦੀ ਹੈ ਹੈ ਨਾ, ਅਤੇ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਦੀ ਹਾਂ ਘਰ ਦੀ ਰੂਟੀਨ ਦੱਸਦੀ ਹਾਂ ਜਾਂ ਕੋਈ ਮੇਰੇ ਨਾਲ ਹੁੰਦੀ ਪ੍ਰੋਬਲਮ ਜਾਂ ਮੇਰੇ ਹਸਬੈਂਡ ਨਾਲ ਹੁੰਦੀ ਪ੍ਰੋਬਲਮ ਤੁਹਾਨੂੰ ਸਮਝ ਆਉਂਦੀ ਤਾਂ ਉਸ ਬਾਰੇ ਤੁਸੀਂ ਜ਼ਰੂਰ ਆਪਣਾ ਸੁਝਾਅ ਦਿਆ ਕਰੋ, ਠੀਕ ਹੈ? ਤੁਹਾਡੇ ਸੁਝਾਵ ਨਾਲ ਹੀ ਸਾਨੂੰ ਹੱਲ ਮਿਲ ਸਕਦਾ ਹੈ ਨਾ, ਕਿਉਂਕਿ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਅਲੱਗ ਅਲੱਗ ਟ੍ਰੀਟਮੈਂਟ ਹੁੰਦਾ ਹੈਗਾ, ਅਤੇ ਜੇ ਵੀਡੀਓ ਰਾਹੀਂ ਹੈ ਨਾ ਤੁਸੀਂ ਸਾਨੂੰ ਬੈਠੇ ਬੈਠੇ ਕੁਛ ਸੁਝਾਵ ਦਿਓਗੇ, ਜਿਸ ਤਰ੍ਹਾਂ ਅੱਜ ਮੰਜੂ ਜੀ ਨੇ ਮੈਸੇਜ ਭੇਜਿਆ, ਬਹੁਤ ਅੱਛਾ ਪਿਆਰਾ ਮੈਸੇਜ ਭੇਜਿਆ ਉਹਨਾਂ ਨੇ, ਅਤੇ ਮਤਲਬ ਡਿਟੇਲ ਦੇ ਵਿੱਚ ਕਹਿਣ ਦਾ ਇਹ ਮਤਲਬ ਹੈ ਕਿ ਉਹਨਾਂ ਨੇ ਡਿਟੇਲ ਦੇ ਵਿੱਚ ਦੱਸਿਆ ਕਿ ਮੈਨੂੰ ਵੀ ਪ੍ਰੋਬਲਮ ਹੈ ਅਤੇ ਮੇਰੇ ਹਸਬੈਂਡ ਨੂੰ ਵੀ ਇਹ ਪ੍ਰੋਬਲਮ ਆ ਜਾਂਦੀ ਹੈ ਕਦੇ ਕਦੇ, ਅਤੇ ਕਦੇ ਕਦੇ ਇਹ ਪ੍ਰੋਬਲਮ ਆਉਂਦੀ ਹੈ ਅਤੇ ਇਹ ਕਦੇ ਕਦਾਈਂ ਖਤਮ ਵੀ ਹੋ ਜੂਗੀ ਹੈ ਨਾ। ਅਤੇ ਇਸ ਤਰ੍ਹਾਂ ਹੀ ਆਪਾਂ ਇੱਕ ਦੂਜੇ ਨਾਲ ਗੱਲਾਂ ਸ਼ੇਅਰ ਕਰਕੇ ਹੈ ਨਾ ਆਪਣੀ ਪ੍ਰੋਬਲਮ ਨੂੰ ਖਤਮ ਕਰੀਏ, ਅਤੇ ਇਸ ਵਲੋਗ ਦਾ ਆਪਾਂ ਐਂਡ ਇੱਥੇ ਕਰਦੇ ਹਾਂ, ਕੱਲ੍ਹ ਨੂੰ ਫੇਰ ਮਿਲਾਂਗੇ, ਠੀਕ ਹੈ? ਬਾਕੀ ਗੁਲਗੁਲੇ ਬਣਾਉਂਗੀ ਉਹ ਮੈਂ ਤੁਹਾਡੇ ਨਾਲ ਕੱਲ੍ਹ ਸ਼ੇਅਰ ਕਰੂੰਗੀ, ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ, 6:30 ਹੋ ਗਏ, ਕੱਲ੍ਹ ਵੀ ਵਲੋਗ ਬਹੁਤ ਲੇਟ ਹੋ ਗਿਆ ਸੀ, ਅਤੇ ਕੱਲ੍ਹ ਵੀ ਨਾ ਮਤਲਬ ਵਲੋਗ ਮੈਂ ਸਾਰਾ ਬਣਾ ਕੇ 7 ਵਜੇ ਰੱਖਤਾ ਸੀ, 7 ਵਜੇ ਨੂੰ ਮੈਂ ਪੂਰਾ ਵਲੋਗ ਮਤਲਬ ਕੰਪਲੀਟ ਕਰਕੇ ਰੱਖ ਦਿੰਦੀ ਹੁੰਦੀ ਹਾਂ, ਫਿਰ ਉਸ ਤੋਂ ਬਾਅਦ ਅਪਲੋਡ ਹੁੰਦਾ, ਫਿਰ ਉਸ ਤੋਂ ਬਾਅਦ ਮਤਲਬ ਸੇਵ ਹੁੰਦਾ, ਫਿਰ ਉਸ ਤੋਂ ਬਾਅਦ ਅਪਲੋਡ ਹੁੰਦਾ, ਫਿਰ ਤੁਹਾਡੇ ਤੱਕ ਪਹੁੰਚਦਾ ਹੈਗਾ। ਅਤੇ ਕੱਲ੍ਹ ਬਹੁਤ ਜ਼ਿਆਦਾ ਲੇਟ, ਕਿਉਂਕਿ ਮੈਨੂੰ ਨਾ ਕੁਛ ਚੀਜ਼ਾਂ ਐਸੀਆਂ ਸੀ ਮੈਨੂੰ ਸਮਝ ਨਹੀਂ, ਲੋਕ ਲੱਗ ਗਿਆ ਸੀਗਾ ਅਤੇ ਮੈਨੂੰ ਸਮਝ ਹੀ ਨਹੀਂ ਆ ਰਹੀ ਸੀ, ਫਿਰ ਮੈਂ ਇਹਨਾਂ ਨੂੰ ਵੀ ਫੋਨ ਕੀਤਾ ਅਤੇ ਇਹ ਕਹਿੰਦੇ ਮੈਨੂੰ ਵੀ ਨਹੀਂ ਸਮਝ ਆ ਰਹੀ, ਫਿਰ ਭਾਈ ਮਤਲਬ ਇਹ ਕਿਸੇ ਨੂੰ ਫੋਨ ਮੇਰਾ ਦਿਖਾਉਣ ਗਏ ਤਾਂ ਕਿਤੇ ਜਾ ਕੇ ਵਲੋਗ ਅਪਲੋਡ ਹੋਇਆ। ਸੋ ਕਿਸੇ ਕਾਰਨ ਵੰਸ਼ ਵਲੋਗ ਅਗਰ ਨਾ ਤੁਹਾਡੇ ਤੱਕ ਹੈ ਨਾ ਜਲਦੀ ਪਹੁੰਚ ਸਕਿਆ, 7, 8, 9, 10 ਤਾਂ ਜ਼ਰੂਰ ਪਹੁੰਚਿਆ ਜ਼ਰੂਰ ਕਰੂੰਗਾ, ਠੀਕ ਹੈ? ਚਾਹੇ ਮੈਂ ਮਤਲਬ ਜਿਵੇਂ ਮਰਜ਼ੀ ਤੁਹਾਡੇ ਨਾਲ ਹੈ ਨਾ ਵੀਡੀਓ ਸ਼ੇਅਰ ਕਰਾਂ, ਪਰ ਮੇਰੀ ਵੀਡੀਓ ਜ਼ਰੂਰ ਆਇਆ ਕਰੂੰਗੀ, ਠੀਕ ਹੈ? ਇਹ ਮੇਰਾ ਵਾਅਦਾ ਹੈ। ਓਕੇ ਜੀ, ਬਾਏ ਬਾਏ।
ਹੈ।